ਪਰਿਵਾਰ ਅਤੇ ਐਕਸ਼ਨ ਕਮੇਟੀ ਨੂੰ ਧਰਨੇ 'ਤੇ ਬੈਠਿਆਂ 16ਵਾਂ ਦਿਨ ਵੀ ਪੂਰਾ ਹੋ ਗਿਆ, ਪਰ ਇਨਸਾਫ ਦੀ ਆਸ ਉਮੀਦ ਹਾਲੇ ਦੂਰ ਦੂਰ ਤੱਕ ਦਿਖਾਈ ਨਹੀਂ ਦੇ ਰਹੀ। ਐਕਸ਼ਨ ਕਮੇਟੀ ਵੱਲੋਂ 5 ਜੂਨ ਨੂੰ ਫਰੀਦਕੋਟ ਦੇ MLA ਕਿੱਕੀ ਢਿੱਲੋਂ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੇ ਸੱਦੇ 'ਤੇ ਪੂਰੇ ਪੰਜਾਬ ਭਰ ਵਿੱਚੋਂ ਹਜ਼ਾਰਾਂ ਲੋਕਾਂ ਦਾ ਇਕੱਠ ਫਿਰ ਫਰੀਦਕੋਟ ਦੀ ਧਰਤੀ 'ਤੇ ਪਹੁੰਚਿਆ। SSP ਦਫ਼ਤਰ ਫਰੀਦਕੋਟ ਤੋਂ ਲੈ ਕੇ ਵਿਧਾਇਕ ਕਿੱਕੀ ਢਿੱਲੋਂ ਦੀ ਰਿਹਾਇਸ਼ ਤੱਕ ਲਗਭਗ 5 ਕਿਲੋਮੀਟਰ ਲੰਬਾ ਰੋਸ ਮਾਰਚ ਕੀਤਾ ਗਿਆ। ਦੱਸ ਦਈਏ ਕਿ ਇਸ ਵੇਲੇ ਲੋਕਾਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਕਾਂਗਰਸ ਸਰਕਾਰ ਉੱਪਰ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਦੇਖਣ ਵਾਲੀ ਗੱਲ ਇਹ ਰਹੀ ਕਿ ਇਸ ਮੌਕੇ ਲੱਖਾਂ ਸਿਧਾਣਾ ਵੀ ਆਪਣੇ ਸਮਰਥਕਾਂ ਦੇ ਨਾਲ ਇਸ ਰੋਸ ਮਾਰਚ ਦਾ ਹਿੱਸਾ ਬਣੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਲੱਖਾਂ ਸਿਧਾਣਾ ਐਕਸ਼ਨ ਕਮੇਟੀ ਤੋਂ ਬਾਗੀ ਹੋ ਗਏ ਸਨ। 18 ਦਿਨ ਹੋ ਗਏ ਅੱਜ ਅਤੇ ਲਗਾਤਾਰ ਸੰਘਰਸ਼ ਜਿਹੜਾ ਜਾਰੀ ਹੈ, ਪਰਿਵਾਰ ਬੈਠਾ, ਵੱਖ ਵੱਖ ਜਥੇਬੰਦੀਆਂ ਬੈਠੀਆਂ ਨੇ, ਆਮ ਲੋਕ ਬੈਠੇ ਨੇ, ਅੱਜ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਆ, ਪਰ ਹਾਲੇ ਤੱਕ ਕੋਈ ਕੰਨਾਂ 'ਤੇ ਜੋ ਨਹੀਂ ਸਰਕੀ ਕਿਸੇ ਪੁਲਿਸ ਪ੍ਰਸ਼ਾਸਨ ਦੇ, ਕਿਸੇ ਪੰਜਾਬ ਦੇ ਮੁੱਖ ਮੰਤਰੀ ਦੇ, ਕੋਈ DGP ਦਾ ਬਿਆਨ ਨਹੀਂ, ਕੋਈ ਮੁੱਖ ਮੰਤਰੀ ਦਾ ਬਿਆਨ ਨਹੀਂ, ਹੈ ਨਾ। SIT ਵੀ ਉਹ ਬਣਾਈ ਗਈ ਜਿਹਦੇ ਵਿੱਚ SSP ਖੁਦ ਸ਼ਾਮਿਲ ਹੈ। ਸੋ ਕਾਫੀ ਗੱਲਾਂ ਹੈਗੀਆਂ ਨੇ ਜਿਹੜੀਆਂ ਚਾਹੁੰਦੇ ਹੀ ਨਹੀਂ ਪੁਲਿਸ ਕਿ ਯਾਰ ਲਾਸ਼ ਮਿਲੇ, ਜਾਂ ਇਹ ਗੱਲ ਦੀ ਜਿਹੜੀ ਪੂਰੀ ਜਾਂਚ ਹੋਵੇ, ਜਾਂ ਸਾਰੇ ਖੁਲਾਸੇ ਹੋਣ, ਗੱਲਾਂ ਜਿਹੜੀਆਂ ਛੁਪਾਈਆਂ ਗਈਆਂ ਉਹ ਨਿਕਲ ਕੇ ਸਾਹਮਣੇ ਆਉਣ। ਸੋ ਲਗਾਤਾਰ ਇਹਨੂੰ ਸੰਘਰਸ਼ ਨੂੰ ਠੰਡਾ ਕਰਨ ਦੇ ਲਈ ਲੰਮਾ ਪਾਇਆ ਜਾ ਰਿਹਾ, ਤਾਰ ਪਿੰਡੋ ਕੀਤਾ ਜਾ ਰਿਹਾ, ਤਾਂ ਕਿ ਅੱਗੇ ਕੰਮ ਕਾਰ ਲੋਕ ਝੋਨੇ ਦਾ ਸੀਜ਼ਨ ਆ ਗਿਆ, ਕੰਮ ਕਾਰ ਰੁੱਝ ਜਾਣੇ ਲੋਕ। ਸੋ ਇਸ ਕਰਕੇ ਸਾਰੀਆਂ ਇਹ ਕਹਾਣੀਆਂ ਪੁਲਿਸ ਦੁਆਰਾ ਘੜੀਆਂ ਜਾ ਰਹੀਆਂ। ਅੱਜ ਇਹ ਐਕਸ਼ਨ ਕਮੇਟੀ ਵੱਲੋਂ ਅਤੇ ਪਰਿਵਾਰ ਵੱਲੋਂ ਇੱਕ ਸਾਂਝਾ ਪ੍ਰੋਗਰਾਮ ਸੀਗਾ ਕਿ 5 ਨੂੰ ਜਿਹੜਾ ਇੱਥੇ ਰੈਲੀ ਕਰਕੇ ਜਿਹੜਾ ਮਾਰਚ ਜਾਣਾ ਕਿੱਕੀ ਦੇ ਘਰ ਵੱਲ ਨੂੰ, ਅੱਜ ਇਹ ਪ੍ਰੋਗਰਾਮ ਸੀ। ਅੱਜ ਸ਼ਾਇਦ ਹੁਣ ਮਾਰਚ ਚੱਲਣ ਵਾਲਾ ਕਿੱਕੀ ਕੋਠੀ ਕਰਾਓਗੇ, ਕਿੱਕੀ ਦੇ ਕੋਠੀ ਵੱਲ ਨੂੰ ਮਾਰਚ। ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ। ਦੱਸਿਆ ਜਾ ਰਿਹਾ ਸੀ ਕਿ ਕਈ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਦੇ ਨਾਲ ਨਾਲ ਕਮਾਂਡੋ ਦੀਆਂ ਕੁਝ ਕੰਪਨੀਆਂ ਵੀ ਬੁਲਾਈਆਂ ਗਈਆਂ ਹਨ। ਧਰਨਾਕਾਰੀਆਂ ਨੂੰ ਪੁਲਿਸ ਵੱਲੋਂ ਜਲਦੀ ਇਨਸਾਫ਼ ਦਾ ਭਰੋਸਾ ਦਵਾਇਆ ਗਿਆ, ਪਰ ਸਵਾਲ ਇਹੀ ਹੈ ਕਿ ਇਨਸਾਫ਼ ਵਿੱਚ ਆਖਿਰ ਹੋਰ ਕਿੰਨਾ ਸਮਾਂ ਲੱਗੇਗਾ। ਫਰੀਦਕੋਟ ਤੋਂ